ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ। ਤੋਂ ਆਏ ਦਿਨੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਦੇ ਨਾਲ ਭਾਰਤੀਆਂ ਅਤੇ ਪੰਜਾਬੀਆਂ ਦਾ ਸਿਰ ਨੀਵਾਂ ਹੋ ਜਾਂਦਾ ਹੈ। ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਇਹ ਵਾਰੰਟ ਲਾਅ ਇਨਫੋਰਸਮੈਂਟ ਵਿਭਾਗ ਦੇ ਵੱਲੋਂ 19 ਸਾਲਾ ਅਰਜੁਨ ਸਾਨਨ ਦੇ ਨਾਂ ਉੱਤੇ ਜਾਰੀ ਕੀਤਾ ਗਿਆ, ਜੋ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇਗਾ। ਇਲਜ਼ਾਮ ਹੈ ਕਿ ਉਹ ਜਬਰੀ ਵਸੂਲੀ ਅਤੇ ਗੋਲੀ ਚਲਾਉਣ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਰਿਹਾ। ਐਡਮਿੰਟਨ ਪੁਲਿਸ ਸਰਵਿਸਿਜ਼ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਰਜੁਨ ਸੈਨਨ ਗੋਲੀਬਾਰੀ ਦੇ ਨਾਲ ਸੰਬੰਧਿਤ 3 ਮਾਮਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚੋਂ 2 ਕੇਸ ਅਲਬਰਟਾ ਵਿੱਚ ਨੇ ਤੇ ਜਦੋਂ ਕਿ 3 ਕੇਸ ਵਿਨੀਪੈਗ ਦਾ ਹੈ। ਇਹ ਘਟਨਾਵਾਂ ਕਰਮਕਾਰ 21 ਦਸੰਬਰ, 24 ਦਸੰਬਰ ਅਤੇ 29 ਦਸੰਬਰ 2023 ਨੂੰ ਵਾਪਰੀਆਂ ਸਨ। ਪਹਿਲੀਆਂ 2 ਘਟਨਾਵਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਐਡਮਿੰਟਨ ਅਤੇ ਵਿਨੀਪੈਗ ਦੇ ਵਿੱਚ ਹੋਈਆਂ ਗੋਲੀਬਾਰੀ ਵਿੱਚ ਮਕਾਨ ਮਾਲਕ ਤੋਂ ਪੈਸੇ ਵਸੂਲੇ ਗਏ ਸਨ ਅਤੇ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਹਾਲਾਂਕਿ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਤੀਜੀ ਘਟਨਾ ਐਡਮਿੰਟਨ ਦੇ ਸ਼ੈਰਵੁੱਡ ਪਾਰਕ ਦੇ ਇਲਾਕੇ ਦੀ ਹੈ, ਜਿਸ ਦੇ ਵਿੱਚ ਘਰ ਦੇ ਮਾਲਕ ਨੂੰ ਕੋਈ ਧਮਕੀ ਨਹੀਂ ਮਿਲੀ, ਪਰ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਬੰਦੂਕਧਾਰੀ ਨੇ ਗਲਤੀ ਨਾਲ ਗਲਤ ਘਰ ਨੂੰ ਨਿਸ਼ਾਨਾ ਬਣਾਇਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਗੋਲੀਬਾਰੀ ਦੀਆਂ 3 ਘਟਨਾਵਾਂ ਵਿੱਚੋਂ 1 ਬੰਦੂਕ ਦੀ ਵਰਤੋਂ ਕੀਤੀ ਗਈ ਸੀ। ਦੋਸ਼ ਹੈ ਕਿ ਇਹਨਾਂ ਗੋਲੀਕਾਂਡਾਂ ਦੇ ਨਾਲ ਜੁੜੀਆਂ ਘਟਨਾਵਾਂ ਦੇ ਲਈ ਅਰਜੁਨ ਸੈਨਨ ਜ਼ਿੰਮੇਵਾਰ ਹੈ। ਹਾਲਾਂਕਿ EPSC ਫਾਇਰ ਆਰਮਸ ਇਨਵੈਸਟੀਗੇਸ਼ਨ ਯੂਨਿਟ ਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਕੈਨੇਡੀਅਨ ਕਾਨੂੰਨ ਅਤੇ ਪੁਲਿਸ ਤੋਂ ਬਚਣ ਦੇ ਲਈ ਭਾਰਤ ਭੱਜ ਗਿਆ ਸੀ। ਖਰਸ਼ਾ ਜਤਾਇਆ ਜਾ ਰਿਹਾ ਹੈ ਕਿ ਉਸਨੇ ਵਿਨੀਪੈਗ ਅਤੇ ਸ਼ੇਰਵੁੱਡ ਪਾਰਕ ਗੋਲੀਕਾਂਡ ਤੋਂ ਬਾਅਦ ਹੀ ਭਾਰਤ ਲਈ ਉਡਾਨ ਭਰੀ ਸੀ। ਦਿਲਚਸਪ ਗੱਲ ਇਹ ਹੈ ਕਿ EPS ਦੇ ਵੱਲੋਂ 3 ਜਨਵਰੀ 2024 ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਦੱਸਿਆ ਗਿਆ ਸੀ ਕਿ ਭਾਰਤੀ ਕੈਨੇਡੀਅਨ ਨੌਜਵਾਨ ਨੂੰ 3 ਦਸੰਬਰ 2023 ਨੂੰ 5 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਸਨੂੰ 17 ਸਟਰੀਟ ਅਤੇ 49 ਵੈਨਿਊ ਦੇ ਖੇਤਰ ਦੇ ਵਿੱਚ ਵਾਹਨ ਵਿੱਚ ਰੋਕਿਆ ਗਿਆ ਸੀ ਤਾਂ ਅਰਜੁਨ ਸੈਨਨ ਉੱਤੇ 5 ਹਥਿਆਰ ਰੱਖਣ ਦਾ ਦੋਸ਼ ਸੀਗਾ ਅਤੇ ਫਿਲਹਾਲ EPS ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।